ਸਰ ਟਰੱਕ ਪਲਟਿਆ, ਕਿਵੇਂ ਪਲਟਿਆ? ਇਹ ਸਰ ਜਲਗਾਓਂ ਤੋਂ ਭਰ ਕੇ ਆਏ ਹਾਂ, ਅੰਮ੍ਰਿਤਸਰ ਦਾ ਮਾਲ। ਹਾਂਜੀ, ਸਵੇਰੇ ਇੱਥੇ 3 ਵਜੇ, 3:30 ਵਜੇ ਅਤੇ ਮੈਨੂੰ ਇੱਥੇ ਦਿਖਾਈ ਦਿੱਤੇ, 4 ਜਣੇ ਬੈਠੇ ਫੁੱਟਬਾਰੀ 'ਤੇ। ਮੈਂ ਸੋਚਿਆ ਸਰ ਕੋਈ ਮੇਲਾ ਚੱਲਣ ਡਿਆ ਅਤੇ ਸ਼ਰਧਾਲੂ ਬੈਠੇ ਨੇ, ਉਹ ਗੱਡੀ ਨੇੜੇ ਆ ਗਈ ਅਤੇ ਉੱਠ ਕੇ ਆਪਣਾ ਅਤੇ ਰੋਡ ਪਾਰ ਕਰਨ ਲੱਗੇ, ਬਸ ਉਹਨਾਂ ਨੂੰ ਬਚਾਉਣ ਦੇ ਕਰਕੇ ਗੱਡੀ ਜਿਹੜੀ ਕੰਟਰੋਲ ਤੋਂ ਬਾਹਰ ਹੋ ਗਈ। ਇਹ ਹੋਇਆ ਕਿਤੇ? ਫਿਰੋਜ਼ਪੁਰ ਹੋਇਆ ਜੀ? ਹਾਂਜੀ, ਫਿਰੋਜ਼ਪੁਰ। ਕਿੰਨੇ ਵਜੇ ਦੀ ਘਟਨਾ? 3 ਵਜੇ? 3:30 ਵਜੇ। ਅਤੇ ਕੇਲੇ ਨਾਲ ਭਰਿਆ ਇਹ ਟਰੱਕ? ਹਾਂਜੀ, ਕੇਲੇ ਨੇ। ਅਤੇ ਤੁਹਾਡੇ ਤੁਸੀਂ ਇਕੱਲੇ ਸੀ? ਹਾਂਜੀ, ਇਕੱਲੇ। ਕੋਈ ਨੁਕਸਾਨ ਤਾਂ ਨਹੀਂ ਹੋਇਆ ਹੋਰ? ਨਹੀਂ, ਬਾਕੀ ਇਹ ਗੱਡੀ ਦਾ ਹੀ ਹੈ ਨੁਕਸਾਨ, ਆਪਣਾ ਬਚਾਓ, ਆਪਣੇ ਨਹੀਂ ਸੱਟ ਫੇਟ ਲੱਗੀ, ਬਚਾਓ। ਅਤੇ ਕੀ ਨਾਮ ਹੈ ਸਰ ਤੁਹਾਡਾ? ਸੰਦੀਪ ਸਿੰਘ। ਸਰ ਟਰੱਕ ਪਲਟਿਆ, ਕਿਵੇਂ ਪਲਟਿਆ? ਇਹ ਸਰ ਜਲਗਾਓਂ ਤੋਂ ਭਰ ਕੇ ਆਏ ਹਾਂ, ਅੰਮ੍ਰਿਤਸਰ ਦਾ ਮਾਲ। ਹਾਂਜੀ, ਸਵੇਰੇ ਇੱਥੇ 3 ਵਜੇ, 3:30 ਵਜੇ ਅਤੇ ਮੈਨੂੰ ਇੱਥੇ ਦਿਖਾਈ ਦਿੱਤੇ, 4 ਜਣੇ ਬੈਠੇ ਫੁੱਟਬਾਰੀ 'ਤੇ। ਮੈਂ ਸੋਚਿਆ ਸਰ ਕੋਈ ਮੇਲਾ ਚੱਲਣ ਡਿਆ ਅਤੇ ਸ਼ਰਧਾਲੂ ਬੈਠੇ ਨੇ, ਉਹ ਗੱਡੀ ਨੇੜੇ ਆ ਗਈ ਅਤੇ ਉੱਠ ਕੇ ਆਪਣਾ ਅਤੇ ਰੋਡ ਪਾਰ ਕਰਨ ਲੱਗੇ, ਬਸ ਉਹਨਾਂ ਨੂੰ ਬਚਾਉਣ ਦੇ ਕਰਕੇ ਗੱਡੀ ਜਿਹੜੀ ਕੰਟਰੋਲ ਤੋਂ ਬਾਹਰ ਹੋ ਗਈ। ਇਹ ਹੋਇਆ ਕਿਤੇ? ਫਿਰੋਜ਼ਪੁਰ ਹੋਇਆ ਜੀ? ਹਾਂਜੀ, ਫਿਰੋਜ਼ਪੁਰ। ਕਿੰਨੇ ਵਜੇ ਦੀ ਘਟਨਾ? 3 ਵਜੇ? 3:30 ਵਜੇ। ਅਤੇ ਕੇਲੇ ਨਾਲ ਭਰਿਆ ਇਹ ਟਰੱਕ? ਹਾਂਜੀ, ਕੇਲੇ ਨੇ। ਅਤੇ ਤੁਹਾਡੇ ਤੁਸੀਂ ਇਕੱਲੇ ਸੀ? ਹਾਂਜੀ, ਇਕੱਲੇ। ਕੋਈ ਨੁਕਸਾਨ ਤਾਂ ਨਹੀਂ ਹੋਇਆ ਹੋਰ? ਨਹੀਂ, ਬਾਕੀ ਇਹ ਗੱਡੀ ਦਾ ਹੀ ਹੈ ਨੁਕਸਾਨ, ਆਪਣਾ ਬਚਾਓ, ਆਪਣੇ ਨਹੀਂ ਸੱਟ ਫੇਟ ਲੱਗੀ, ਬਚਾਓ। ਅਤੇ ਕੀ ਨਾਮ ਹੈ ਸਰ ਤੁਹਾਡਾ? ਸੰਦੀਪ ਸਿੰਘ। ਸਰ ਟਰੱਕ ਪਲਟਿਆ, ਕਿਵੇਂ ਪਲਟਿਆ? ਇਹ ਸਰ ਜਲਗਾਓਂ ਤੋਂ ਭਰ ਕੇ ਆਏ ਹਾਂ, ਅੰਮ੍ਰਿਤਸਰ ਦਾ ਮਾਲ। ਹਾਂਜੀ, ਸਵੇਰੇ ਇੱਥੇ 3 ਵਜੇ, 3:30 ਵਜੇ ਅਤੇ ਮੈਨੂੰ ਇੱਥੇ ਦਿਖਾਈ ਦਿੱਤੇ, 4 ਜਣੇ ਬੈਠੇ ਫੁੱਟਬਾਰੀ 'ਤੇ। ਮੈਂ ਸੋਚਿਆ ਸਰ ਕੋਈ ਮੇਲਾ ਚੱਲਣ ਡਿਆ ਅਤੇ ਸ਼ਰਧਾਲੂ ਬੈਠੇ ਨੇ, ਉਹ ਗੱਡੀ ਨੇੜੇ ਆ ਗਈ ਅਤੇ ਉੱਠ ਕੇ ਆਪਣਾ ਅਤੇ ਰੋਡ ਪਾਰ ਕਰਨ ਲੱਗੇ, ਬਸ ਉਹਨਾਂ ਨੂੰ ਬਚਾਉਣ ਦੇ ਕਰਕੇ ਗੱਡੀ ਜਿਹੜੀ ਕੰਟਰੋਲ ਤੋਂ ਬਾਹਰ ਹੋ ਗਈ। ਇਹ ਹੋਇਆ ਕਿਤੇ? ਫਿਰੋਜ਼ਪੁਰ ਹੋਇਆ ਜੀ? ਹਾਂਜੀ, ਫਿਰੋਜ਼ਪੁਰ। ਕਿੰਨੇ ਵਜੇ ਦੀ ਘਟਨਾ? 3 ਵਜੇ? 3:30 ਵਜੇ। ਅਤੇ ਕੇਲੇ ਨਾਲ ਭਰਿਆ ਇਹ ਟਰੱਕ? ਹਾਂਜੀ, ਕੇਲੇ ਨੇ। ਅਤੇ ਤੁਹਾਡੇ ਤੁਸੀਂ ਇਕੱਲੇ ਸੀ? ਹਾਂਜੀ, ਇਕੱਲੇ। ਕੋਈ ਨੁਕਸਾਨ ਤਾਂ ਨਹੀਂ ਹੋਇਆ ਹੋਰ? ਨਹੀਂ, ਬਾਕੀ ਇਹ ਗੱਡੀ ਦਾ ਹੀ ਹੈ ਨੁਕਸਾਨ, ਆਪਣਾ ਬਚਾਓ, ਆਪਣੇ ਨਹੀਂ ਸੱਟ ਫੇਟ ਲੱਗੀ, ਬਚਾਓ। ਅਤੇ ਕੀ ਨਾਮ ਹੈ ਸਰ ਤੁਹਾਡਾ? ਸੰਦੀਪ ਸਿੰਘ।